ਚੌਲ ਤਾਂ ਤੁਸੀਂ ਕਈ ਤਰ੍ਹਾਂ ਦੇ ਬਣਾਏ ਹੋਣਗੇ ਤੇ ਖਾਦੇ ਹੋਣਗੇ, ਪਰ ਅੱਜ ਆਪਾਂ ਬਣਾਵਾਂਗੇ ਜੀ ਇਹ ਖੋਪੇ ਵਾਲੇ ਚੌਲ, ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ। ਕਿਸ ਤਰੀਕੇ ਨਾਲ ਇਹਨਾਂ ਨੂੰ ਝਟਪਟ ਤਿਆਰ ਕਰਨਾ, ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਘਰ ਦੇ ਵਿੱਚ ਮਿੱਠੇ ਚੌਲ ਬਣਾਵਾਂਗੇ, ਇੱਕ ਅਲੱਗ ਤਰੀਕੇ ਨਾਲ ਇਹ ਚੌਲਾਂ ਦੀ ਰੈਸਪੀ ਆਪਾਂ ਤਿਆਰ ਕਰਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ। ਤੁਸੀਂ ਪਹਿਲਾਂ ਕਈ ਤਰ੍ਹਾਂ ਦੇ ਮਿੱਠੇ ਚੌਲ ਆ ਜਿਹੜੇ ਬਣਾਏ ਹੋਣਗੇ ਤੇ ਖਾਦੇ ਹੋਣਗੇ, ਪਰ ਮੇਰੇ ਇਸ ਤਰੀਕੇ ਨਾਲ ਇੱਕ ਵਾਰੀ ਤੁਸੀਂ ਜ਼ਰੂਰ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਜੀ। ਆਪਾਂ ਇਹ ਖੋਪੇ ਵਾਲੇ ਮਿੱਠੇ ਚੌਲ ਬਣਾ ਕੇ ਤਿਆਰ ਕਰਾਂਗੇ। ਚਲੋ ਫਿਰ ਇਸ ਰੈਸਪੀ ਨੂੰ ਸਿੱਖਣ ਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ, ਵੀਡੀਓ ਨੂੰ ਪੂਰਾ ਦੇਖਿਓ। ਜੇਕਰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਤੇ ਜੇਕਰ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਤੇ ਇੱਥੇ ਜੀ ਆਪਣੇ ਕੋਲ ਹੈਗੇ ਖੋਪੇ ਦੀ ਠੂਠੀ, ਦੇ ਇਹਨੂੰ ਆਪਾਂ ਕੱਦੂਕਸ ਕਰ ਲਾਂਗੇ। ਇਸ ਤਰੀਕੇ ਨਾਲ ਚਾਹੇ ਤੁਸੀਂ ਮੋਟਾ ਕੱਦੂਕਸ ਕਰ ਲਿਓ ਤੇ ਚਾਹੇ ਤੁਸੀਂ ਬਰੀਕ ਕੱਦੂਕਸ ਕਰ ਲਿਓ। ਤੇ ਇਸ ਤਰੀਕੇ ਨਾਲ ਜੀ ਖੋਪੇ ਦੀ ਠੂਠੀ ਨੂੰ ਆਪਾਂ ਕੱਦੂਕਸ ਕਰ ਲਿਆ। ਚੁੱਲ੍ਹੇ ਤੇ ਰੱਖ ਲਿਆ ਜੀ ਆਪਾਂ ਪੈਨ, ਇਹਦੇ ਵਿੱਚ ਆਪਾਂ ਦੇਸੀ ਘਿਓ ਐਡ ਕਰਾਂਗੇ। ਤੇ ਹੁਣ ਜੀ ਦੇਸੀ ਘਿਓ ਦੇ ਵਿੱਚ ਆਪਾਂ ਐਡ ਕਰਾਂਗੇ ਇੱਕ ਦਾਲ ਚੀਨੀ ਦਾ ਟੁਕੜਾ ਤੇ 6-7 ਲੌਂਗ ਹੈ ਮੇਰੇ ਕੋਲੇ। ਤੇ ਇਹਨਾਂ ਨੂੰ ਹਲਕਾ ਜਿਹਾ ਭੁੰਨਾਂਗੇ ਬਸ ਆਪਾਂ। ਝਟਪਟ ਇਹ ਮਿੱਠੇ ਚੌਲ ਬਣ ਜਾਣਗੇ, ਬਹੁਤ ਜ਼ਿਆਦਾ ਟੇਸਟੀ ਬਣਨਗੇ। ਕਈ ਵਾਰ ਰਾਤ ਦੇ ਚੌਲ ਬਚ ਜਾਂਦੇ ਆ, ਫਿਰ ਤੁਸੀਂ ਉਹਨਾਂ ਨਾਲ ਵੀ ਰੈਸਪੀ ਬਣਾ ਸਕਦੇ ਹੋ। 5 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ। ਤੇ ਲਓ ਜੀ ਇਹਨਾਂ ਨੂੰ ਆਪਾਂ ਭੁੰਨ ਲਿਆ, ਬਹੁਤ ਵਧੀਆ ਖੁਸ਼ਬੂ ਆ ਰਹੀ ਹੈ। ਤੇ ਹੁਣ ਜੀ ਇਹਦੇ ਵਿੱਚ ਕੁਛ ਡਰਾਈ ਫਰੂਟ ਐਡ ਕਰਾਂਗੇ ਆਪਾਂ। ਮੇਰੇ ਕੋਲ ਸੀਗੇ ਪਿਸਤੇ, ਤੁਸੀਂ ਕਾਜੂ ਜਾਂ ਬਦਾਮ ਵੀ ਐਡ ਕਰ ਸਕਦੇ ਹੋ। ਤੇ ਇਹਨਾਂ ਨੂੰ ਵੀ ਹਲਕਾ ਜਿਹਾ ਭੁੰਨ ਲਾਂਗੇ ਬਸ 1/2 ਮਿੰਟ। ਤੇ ਹੁਣ ਜੀ ਇਹ ਮੇਰੇ ਕੋਲ ਹੈਗੀਆਂ ਕਿਸ਼ਮਿਸ਼ ਯਾਨੀ ਕਿ ਦਾਖਾਂ, ਇਹ ਐਡ ਕਰ ਦਿਆਂਗੇ। ਤੇ ਇਹਦੇ ਨਾਲ ਹੀ ਆਪਾਂ ਖੋਪਾ ਐਡ ਕਰ ਦਿਆਂਗੇ, ਯਾਨੀ ਕਿ ਨਾਰੀਅਲ ਜਿਹੜਾ ਆਪਾਂ ਇਹ ਕੱਦੂਕਸ ਕਰਕੇ ਰੱਖਿਆ ਸੀ। ਇਹਨੂੰ ਹਲਕਾ ਜਿਹਾ ਭੁੰਨਾਂਗੇ ਆਪਾਂ, ਫਲੇਮ ਆਪਾਂ ਮੀਡੀਅਮ ਜੀ ਰੱਖਣੀ ਹੈ ਬਿਲਕੁਲ। ਤੇ ਹੁਣ ਜੀ ਇਸ ਤਰੀਕੇ ਨਾਲ ਵਧੀਆ ਨੂੰ ਗੋਲਡਨ ਕਰ ਲਿਆ। ਹੁਣ ਇਹਦੇ ਵਿੱਚ ਖੰਡ ਐਡ ਕਰ ਦਿਆਂਗੇ, ਸਵਾਦ ਅਨੁਸਾਰ ਖੰਡ ਐਡ ਕਰਕੇ ਆਪਾਂ 1/2 ਕੌਲੀ। ਤੇ ਖੰਡ ਨੂੰ ਵੀ ਹਲਕਾ ਜਿਹਾ ਆਪਾਂ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ। ਤੁਸੀਂ ਪੀਸੀ ਹੋਈ ਖੰਡ ਵੀ ਐਡ ਕਰ ਸਕਦੇ ਹੋ। ਤੇ ਹੁਣ ਜੀ ਇਹਦੇ ਵਿੱਚ ਪਾਣੀ ਐਡ ਕਰਾਂਗੇ, ਉਹੀ 1 ਕੌਲੀ ਪਾਣੀ ਦੀ ਭਰ ਕੇ ਐਡ ਕਰ ਦਿਆਂਗੇ। ਤੁਸੀਂ ਚਾਹੋ ਤਾਂ ਇੱਥੇ ਦੁੱਧ ਵੀ ਐਡ ਕਰ ਸਕਦੇ ਹੋ। ਚੌਲਾਂ ਨੂੰ ਮੈਂ ਪਹਿਲਾਂ ਪਾਣੀ 'ਚ ਹੀ ਉਬਾਲ ਕੇ ਰੱਖਿਆ ਹੈਗਾ। ਤੇ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਦਿਆਂਗੇ ਮੀਡੀਅਮ ਜੀ ਫਲੇਮ ਤੇ। ਤੇ ਵਧੀਆ ਇਸ ਤਰੀਕੇ ਨਾਲ ਜੀ 1-2 ਉਬਾਲ ਦਵਾ ਦੇਣੇ ਆ ਆਪਾਂ। ਇਹਨੂੰ ਥੋੜ੍ਹਾ ਜਿਹਾ ਗਾੜਾ ਬਣਾ ਕੇ ਤਿਆਰ ਕਰ ਲੈਣਾ ਗਾ। ਪਾਣੀ ਜੀ ਇਸ ਤਰੀਕੇ ਨਾਲ ਆਪਾਂ ਵਧੀਆ ਸੁਕਾਤਾ ਗਾ, ਵਧੀਆ ਇਹ ਗਾੜਾ ਬਣ ਕੇ ਤਿਆਰ ਹੋ ਗਿਆ। ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਚੰਗੇ ਤਰੀਕੇ ਨਾਲ ਭੁੱਜ ਗਈਆਂ, ਬਿਲਕੁਲ ਹੀ 2 ਮਿੰਟ ਲੱਗੇ ਆਪਾਂ ਨੂੰ ਮੀਡੀਅਮ ਫਲੇਮ ਤੇ। ਇਹ ਆਪਣੇ ਕੋਲ ਚੌਲ ਹੈ ਜੀ, ਚੌਲ ਕੋਈ ਵੀ ਤੁਸੀਂ ਵਰਤ ਸਕਦੇ ਹੋ, ਬਾਸਮਤੀ ਚੌਲ ਵੀ ਵਰਤ ਸਕਦੇ ਹੋ ਜਾਂ ਜਿਹੜੇ ਘਰੇ ਆਪਾਂ ਨੋਰਮਲ ਅੱਗੇ ਵਰਤਦੇ ਹਾਂ ਨਾ ਉਹ ਵੀ ਵਰਤ ਸਕਦੇ ਹੋ। ਇਹਨਾਂ ਨੂੰ ਉਬਾਲ ਕੇ ਮੈਂ ਪਹਿਲਾਂ ਹੀ ਰੱਖ ਲਿਆ ਸੀਗਾ, ਹੁਣ ਇਹ ਚੌਲ ਇਹਦੇ ਵਿੱਚ ਐਡ ਕਰ ਦਿਆਂਗੇ ਆਪਾਂ। ਤੇ ਬਿਲਕੁਲ ਹਲਕੇ ਹੱਥਾਂ ਨਾਲ ਚੌਲਾਂ ਨੂੰ ਆਪਾਂ ਮਿਕਸ ਕਰਾਂਗੇ ਜੀ, ਵੀ ਇਹ ਟੁੱਟਣ ਨਾ, ਇਸ ਤਰੀਕੇ ਨਾਲ ਖਿਲੇ ਖਿਲੇ ਰਹਿਣ। ਗਰਮ ਚੌਲ ਬਣ ਕੇ ਬਿਲਕੁਲ ਹੋ ਗਏ ਜੀ ਤਿਆਰ, ਇਹਨਾਂ ਨੂੰ ਆਪਾਂ ਸਰਵ ਕਰ ਲਾਂਗੇ, ਬਹੁਤ ਟੇਸਟੀ ਬਣਦੇ ਆ। ਤੁਸੀਂ ਇਸ ਰੈਸਪੀ ਨੂੰ ਜ਼ਰੂਰ ਘਰੇ ਟਰਾਈ ਕਰਿਓ। ਜੇਕਰ ਵੀਡੀਓ ਵਧੀਆ ਲੱਗੀ ਜੀ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ, ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਇਸ ਤਰੀਕੇ ਨਾਲ ਜੀ ਗਰਮਾ ਗਰਮ ਚੌਲ ਆ ਜਿਹੜੇ ਆਪਾਂ ਸਰਵ ਕਰ ਲਾਂਗੇ। ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ, ਇਹ ਬਹੁਤ ਜ਼ਿਆਦਾ ਟੇਸਟੀ ਲੱਗਣਗੇ। ਇਸ ਤਰੀਕੇ ਨਾਲ ਜਦੋਂ ਤੁਸੀਂ ਇਹ ਬਣਾਓਗੇ ਨਾ ਚੌਲ, ਸਭ ਨੂੰ ਪਸੰਦ ਆਉਣਗੇ। ਜ਼ਰੂਰ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਜੀ।